ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੀਨ। ਪ੍ਰਭੂ ਯੇਸੂ ਦੇ ਪਾਕ ਲਹੂ ਦੀ ਜੈ। ਪ੍ਰਭੂ ਯੇਸੂ ਦਾ ਪਾਕ ਲਹੂ ਤੁਹਾਡੇ ਜ਼ਖਮਾਂ ਨੂੰ ਨਰੋਇਆ ਕਰੇ। ਪ੍ਰਭੂ ਯੇਸੂ ਦਾ ਪਾਕ ਲਹੂ ਤੁਹਾਨੂੰ ਧੋ ਦੇਵੇ। ਪ੍ਰਭੂ ਯੇਸੂ ਦਾ ਪਾਕ ਲਹੂ ਤੁਹਾਨੂੰ ਮੁਕਤੀ ਦੇਵੇ। ਪ੍ਰਭੂ ਯੇਸੂ ਦਾ ਪਾਕ ਲਹੂ ਸਾਡੇ ਘਰ ਵਿੱਚ ਆ ਜਾਵੇ। ਇਹ ਮੈਂ ਦੁਆ ਕਰਦਾ ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ, ਆਮੇਨ। ਸਾਰਿਆਂ ਨੂੰ ਜੈ ਯੇਸੂ ਮਸੀਹ ਦੀ। ਪਿਆਰੇ ਭਰਾਓ ਅਤੇ ਭੈਣੋ, ਯਸ਼ਾਇਆ ਨਬੀ ਦਾ ਗ੍ਰੰਥ 53:5 ਐਤ ਵਿੱਚ ਸੁਣਦੇ ਹਾਂ, ਸੋ ਉਹ ਸਾਡੇ ਪਾਪਾਂ ਕਾਰਨ ਜ਼ਖਮੀ ਹੋਇਆ, ਸਾਡੇ ਅਪਰਾਧਾਂ ਦੀ ਮਾਰ ਉਸਨੇ ਖਾਧੀ, ਪਰ ਉਹਦੇ ਸਜ਼ਾ ਸਹਿਣ ਕਾਰਨ ਅਸੀਂ ਚੰਗੇ ਕੀਤੇ ਗਏ, ਉਸਦੇ ਮਾਰ ਖਾਣ ਨਾਲ ਅਸੀਂ ਨਰੋਏ ਕੀਤੇ ਗਏ। ਕੋਸ਼ਿਸ਼ ਕਰੋ ਮੇਰੇ ਪਿੱਛੇ ਇਸ ਨੂੰ ਪ੍ਰਾਰਥਨਾ ਦੇ ਰੂਪ ਵਿੱਚ ਪੜ੍ਹੋ, ਕਿਉਂਕਿ ਇਹਦੇ ਵਿੱਚ ਯੇਸੂ ਦੇ ਲਹੂ ਦੀ ਸ਼ਕਤੀ ਦੇ ਬਾਰੇ ਯਸ਼ਾਇਆ ਨਬੀ ਨੇ ਯੇਸੂ ਤੋਂ ਬਹੁਤ ਸਦੀਆਂ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ। ਅਤੇ ਇਹ ਸਭ ਕੁਝ ਯੇਸੂ ਮਸੀਹ ਦੇ ਆਉਣ ਦੁਆਰਾ ਪੂਰਾ ਹੋਇਆ। ਸਾਰੇ ਬੋਲੋ, ਉਹ ਸਾਡੇ ਪਾਪਾਂ ਕਾਰਨ ਜ਼ਖਮੀ ਹੋਇਆ ਅਤੇ ਸਾਡੇ ਅਪਰਾਧਾਂ ਦੀ ਮਾਰ ਉਸਨੇ ਖਾਧੀ, ਪਰ ਉਸਦੇ ਸਜ਼ਾ ਸਹਿਣ ਕਾਰਨ ਅਸੀਂ ਚੰਗੇ ਕੀਤੇ ਗਏ ਅਤੇ ਉਸਦੇ ਮਾਰ ਖਾਣ ਨਾਲ ਅਸੀਂ ਨਰੋਏ ਕੀਤੇ ਗਏ। ਉਹ ਸਾਡੇ ਪਾਪਾਂ ਦੇ ਲਈ ਜ਼ਖਮੀ ਹੋਇਆ। ਜਦੋਂ ਕਿਸੇ ਨੂੰ ਜ਼ਖਮੀ ਕੀਤਾ ਜਾਂਦਾ, ਉਹਦੇ ਜ਼ਖਮਾਂ ਦੇ ਵਿੱਚੋਂ ਖੂਨ ਨਿਕਲਦਾ। ਉਹਦੇ ਮਾਰ ਖਾਣ ਨਾਲ ਅਸੀਂ ਨਰੋਏ ਕੀਤੇ ਗਏ। ਜਦੋਂ ਉਹਨੂੰ ਮਾਰ ਪਈ, ਮਾਰ ਪੈਣ ਦੇ ਨਾਲ ਜ਼ਖਮ ਹੋਏ, ਉਹਦੇ ਵਿੱਚੋਂ ਲਹੂ ਨਿਕਲਿਆ, ਜਿਹਦੇ ਨਾਲ ਅਸੀਂ ਨਰੋਏ ਚੰਗੇ ਕੀਤੇ ਗਏ। ਅੱਜ ਖੁਦਾਵੰਦ ਯੇਸੂ ਦਾ ਲਹੂ ਦੇ ਬਾਰੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਾਂਗਾ। ਇਸ ਤੋਂ ਪਹਿਲਾਂ ਇੱਕ ਵਾਰੀ ਮੈਂ ਰਿਟਰੀਟ ਕਰ ਰਿਹਾ ਸੀ, ਸਾਡੇ ਰਿਟਰੀਟ ਪ੍ਰੀਚਰ ਨੇ ਸਾਨੂੰ ਦੱਸਿਆ, ਤੁਸੀਂ ਥੋੜ੍ਹਾ ਸਮਾਂ ਅੱਜ ਬਾਹਰ ਗੁਜ਼ਾਰ ਕੇ ਆਓ ਅਤੇ ਕੀ ਕਰਨਾ, ਤੁਸੀਂ ਖੁਦਾਵੰਦ ਯੇਸੂ ਦਾ ਪਿਆਰ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੇ ਕੇ ਆ ਜਾਓ। ਯਾਨੀ ਕਿ ਤੁਸੀਂ ਈਸਾਈ ਪਰਿਵਾਰ ਦੇ ਵਿੱਚ ਨਹੀਂ ਜਾਣਾ, ਦੂਜੇ ਗੈਰ ਈਸਾਈਆਂ ਦੇ ਘਰੇ ਜਾਣਾ। ਤਾਂ ਮੈਂ ਇੱਕ ਘਰ ਦੇ ਵਿੱਚ ਜਾਣ ਲਈ ਸੋਚਿਆ, ਉਹਨਾਂ ਦੇ ਘਰ ਦੇ ਅੱਗੇ ਤੁਲਸੀ ਲੱਗੀ ਹੋਈ ਸੀ। ਜਦੋਂ ਤੁਲਸੀ ਲੱਗੀ, ਮੈਂ ਸੋਚਿਆ ਕੋਈ ਸਾਡਾ ਦੂਸਰਾ ਭੈਣ ਭਰਾ ਹੈ। ਤਾਂ ਮੈਂ ਉਹਨਾਂ ਦੇ ਘਰ ਵਿੱਚ ਗਿਆ, ਉਹਨਾਂ ਨੂੰ ਮੈਂ ਦੱਸਿਆ ਅਤੇ ਉਹ ਇੰਨਾ ਖੁਸ਼ ਹੋਇਆ ਕਿ ਸਾਡੇ ਘਰ ਕੋਈ ਪ੍ਰਭੂ ਨੂੰ ਲੈ ਕੇ ਆਇਆ ਹੈ। ਉਸਨੇ ਮੈਨੂੰ ਆਪਣਾ ਪੂਰਾ ਘਰ ਦਿਖਾਉਣਾ ਸ਼ੁਰੂ ਕੀਤਾ। ਉਹ ਮੇਰੀ ਸਲੀਬ ਨੂੰ ਦੇਖ ਕੇ ਕਹਿੰਦਾ ਹੈ, ਮੇਰੇ ਕੋਲ ਵੀ ਹੈ। ਅਤੇ ਕਿੱਥੇ ਹੈ? ਕਹਿੰਦਾ ਮੇਰੇ ਬੈੱਡ ਦੇ ਉੱਪਰ ਲੱਗੀ ਹੈ। ਉਹ ਭਰਾ ਹਿੰਦੂ ਧਰਮ ਨੂੰ ਮੰਨਦਾ ਹੈ, ਬੜਾ ਵਿਸ਼ਵਾਸੀ ਹੈ, ਉਹਨੂੰ ਯੇਸੂ ਮਸੀਹ ਦੇ ਬਾਰੇ ਨਹੀਂ ਪਤਾ। ਅਤੇ ਮੈਂ ਉਸਨੂੰ ਇਹ ਸਵਾਲ ਪੁੱਛਿਆ, ਵੀਰ ਜੀ, ਤੁਸੀਂ ਆਪਣੇ ਬੈੱਡ ਦੇ ਉੱਤੇ ਇਹ ਸਲੀਬ ਕਿਉਂ ਲਗਾਈ? ਜੋ ਜਵਾਬ ਮੈਨੂੰ ਉਸ ਭਰਾ ਨੇ ਦਿੱਤਾ, ਅੱਜ ਤੱਕ ਮੈਨੂੰ ਆਪਣੇ ਈਸਾਈ ਧਰਮ ਵਿੱਚ ਨਹੀਂ ਮਿਲਿਆ। ਉਹ ਕਹਿੰਦਾ, ਸਿਰਫ ਯੇਸੂ ਮਸੀਹ ਹੀ ਹੈ ਜੋ ਸਾਡੇ ਪਾਪਾਂ ਦੇ ਲਈ ਮਰ ਗਿਆ। ਕਹਿੰਦਾ ਸਿਰਫ ਯੇਸੂ ਮਸੀਹ ਹੀ ਹੈ ਜਿਸ ਨੇ ਸਲੀਬ ਦੇ ਉੱਤੇ ਸਾਡੇ ਪਾਪ ਮਾਫ ਕੀਤੇ। ਕਹਿੰਦਾ ਯੇਸੂ ਮਸੀਹ ਹੈ ਜਿਹਦੇ ਸਲੀਬ ਦੇ ਉੱਤੋਂ ਖੂਨ ਵਹਿਣ ਦੇ ਕਾਰਨ ਸਾਡੇ ਪਾਪ ਮਾਫ ਹੋਏ, ਸਾਨੂੰ ਚੰਗਿਆਈ ਮਿਲੀ। ਅਤੇ ਉਸਨੇ ਆਪਣਾ ਅਨੁਭਵ, ਆਪਣਾ ਜੋ ਉਹਨੇ ਐਕਸਪੀਰੀਅੰਸ ਯੇਸੂ ਮਸੀਹ ਦਾ ਲਹੂ ਦਾ ਐਕਸਪੀਰੀਅੰਸ ਆਪਣੇ ਜੀਵਨ ਵਿੱਚ ਕੀਤਾ ਸੀ, ਉਹਨੇ ਮੇਰੇ ਨਾਲ ਸਾਂਝਾ ਕੀਤਾ।
ਅਤੇ ਉਹ ਕਹਿੰਦਾ ਸੀ ਜਦੋਂ ਵੀ ਮੇਰੇ ਤੋਂ ਕੋਈ ਪਾਪ ਹੁੰਦਾ ਹੈ ਕਹਿੰਦਾ ਮੈਂ ਯੇਸੂ ਦੀ ਸਲੀਬ ਦੇ ਅੱਗੇ ਜਾ ਕੇ ਖੜ ਜਾਂਦਾ ਹਾਂ, ਮੈਂ ਸਲੀਬ ਦੇ ਉੱਤੇ ਟੰਗੇ ਹੋਏ ਯੇਸੂ ਦੇ ਨਾਲ ਗੱਲ ਕਰਦਾ ਹਾਂ ਅਤੇ ਉਹਦਾ ਲਹੂ ਮੇਰੇ ਉੱਤੇ ਆਉਂਦਾ ਹੈ ਅਤੇ ਉਹ ਲਹੂ ਮੈਨੂੰ ਧੋ ਦਿੰਦਾ ਹੈ ਅਤੇ ਮੇਰੇ ਜੀਵਨ ਵਿੱਚ ਇੰਨੀ ਸ਼ਾਂਤੀ ਆਉਂਦੀ ਹੈ ਮੈਨੂੰ ਕਿਤੇ ਨਹੀਂ ਮਿਲਦੀ। ਮੈਂ ਉਸਨੂੰ ਪੁੱਛਿਆ ਤੁਸੀਂ ਹਿੰਦੂ ਹੋ? ਕਹਿੰਦਾ ਹਾਂਜੀ ਮੈਂ ਹਿੰਦੂ ਹਾਂ, ਹਿੰਦੂ ਰਹਾਂਗਾ। ਮੈਂ ਕਿਹਾ ਕੋਈ ਗੱਲ ਨਹੀਂ ਹੈ। ਕਹਿੰਦਾ ਕੋਈ ਵੀ ਨਹੀਂ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾ ਭਗਵਾਨ ਜੋ ਦੂਜਿਆਂ ਦੇ ਪਾਪਾਂ ਦੇ ਲਈ ਮਰਿਆ ਹੋਵੇ। ਸਿਰਫ ਕੌਣ ਹੈ? ਪ੍ਰਭੂ ਯਿਸੂ ਮਸੀਹ। ਅਤੇ ਪ੍ਰਭੂ ਯਿਸੂ ਮਸੀਹ ਨੇ ਹੀ ਮਾਫੀ ਦੇਣੀ ਸਿਖਾਈ। ਕਹਿੰਦਾ ਮੈਂ ਬਾਈਬਲ ਖਰੀਦੀ, ਪੜ੍ਹਨੀ ਸ਼ੁਰੂ ਕੀਤੀ। ਮੈਨੂੰ ਕਹਿੰਦਾ ਬਾਈਬਲ ਵਿੱਚ ਆਹ ਲਿਖਿਆ ਹੈ, ਯਿਸੂ ਮਸੀਹ ਨੇ ਸਲੀਬ 'ਤੇ ਕਿਹਾ ਹੇ ਪਿਤਾ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ ਨੇ। ਕਹਿੰਦਾ ਜਦੋਂ ਮੇਰੇ ਤੋਂ ਪਾਪ ਹੁੰਦਾ ਹੈ ਮੈਂ ਇਹੀ ਕੋਸ਼ਿਸ਼ ਕਰਦਾ ਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਇਮੀਟੇਟ ਕਰਾਂ, ਕਿ ਮੈਂ ਪ੍ਰਭੂ ਯਿਸੂ ਮਸੀਹ ਦੀ ਗੱਲਾਂ ਨੂੰ ਮੈਂ ਆਪਣੀਆਂ ਬਣਾਵਾਂ ਅਤੇ ਹਮੇਸ਼ਾ ਮੈਂ ਦੂਜਿਆਂ ਨੂੰ ਮਾਫੀ ਦੇਣ ਦੇ ਲਈ ਤਿਆਰ ਰਹਿੰਦਾ। ਅਤੇ ਜਦੋਂ ਕਹਿੰਦਾ ਮੈਂ ਇਹ ਐਕਟ ਕਰਦਾ ਹਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਪ੍ਰਭੂ ਯਿਸੂ ਦਾ ਲਹੂ ਮੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਾਂਦਾ ਹੈ ਅਤੇ ਮੈਨੂੰ ਧੋ ਦਿੰਦਾ ਹੈ। ਮੈਂ ਰਿਲੈਕਸ, ਸ਼ਾਂਤੀ, ਇੱਕ ਨਵਾਂ ਇਨਸਾਨ ਬਣ ਜਾਂਦਾ ਹਾਂ। ਅਤੇ ਮੇਰੀ ਪ੍ਰਾਰਥਨਾ ਹਮੇਸ਼ਾ ਇਹ ਹੀ ਹੁੰਦੀ ਹੈ, ਐ ਪ੍ਰਭੂ ਯਿਸੂ ਆਪਣੇ ਪਾਕ ਲਹੂ ਨਾਲ ਮੇਰੇ ਪਾਪ ਮਾਫ਼ ਕਰੋ, ਮੈਨੂੰ ਸ਼ਾਂਤੀ ਦਿਓ ਅਤੇ ਮੇਰੀ ਪ੍ਰਾਰਥਨਾ ਸੁਣੋ। ਕਹਿੰਦਾ ਮੈਨੂੰ ਸਿਰਫ ਇੰਨੀ ਹੀ ਪ੍ਰਾਰਥਨਾ ਆਉਂਦੀ ਹੈ ਅਤੇ ਇਹ ਮੈਂ ਕਰਦਾ ਹਾਂ। ਫਿਲਪੀਆਂ ਦੇ ਨਾਮ ਪੱਤਰ, ਸੰਤ ਪੌਲਸ, ਅਸੀਂ ਜਾਣਦੇ ਹਾਂ ਉਹ ਪੌਲਸ ਬਣਨ ਤੋਂ ਪਹਿਲਾਂ ਸਾਊਲ ਸੀ। ਤਿੰਨ ਬਾਪ ਵਿੱਚ 5 ਅੱਜ ਤੋਂ ਥੋੜ੍ਹਾ ਸੁਣਦੇ ਹਾਂ। ਪੌਲਸ ਕੌਣ ਸੀ? ਪੌਲਸ ਇਹ ਕਹਿੰਦਾ ਹੈ ਮੇਰੀ ਸੁਨਤ ਠੀਕ 8ਵੇਂ ਦਿਨ ਕੀਤੀ ਗਈ ਸੀ, ਮੈਂ ਇਸਰਾਇਲੀ ਕੌਮ ਵਿੱਚੋਂ ਹਾਂ, ਮੇਰਾ ਬਿਨਿਆਮੀਨ ਦੇ ਕਬੀਲੇ ਨਾਲ ਸੰਬੰਧ ਹੈ ਅਤੇ ਮੈਂ ਇੱਕ ਇਬਰਾਨੀ ਦਾ ਇਬਰਾਨੀ ਪੁੱਤਰ ਹਾਂ, ਫਿਰ ਵਿਵਸਥਾ ਦੇ ਮੰਨਣ ਵੱਲੋਂ ਮੇਰਾ ਫਰੀਸੀ ਦਲ ਦੇ ਨਾਲ ਸੰਬੰਧ ਹੈ, ਮੈਂ ਇੱਥੋਂ ਤੱਕ ਉਤਸ਼ਾਹੀ ਸਾਂ ਕਿ ਮੈਂ ਮਸੀਹੀ ਵਿਸ਼ਵਾਸ ਸੰਗਤ ਉੱਤੇ ਅਤਿਆਚਾਰ ਕੀਤੇ ਅਤੇ ਵਿਵਸਥਾ ਦੇ ਪੂਰਾ ਕਰਨ ਵੱਲ ਮੇਰੇ 'ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ ਸੀ। ਇਹ ਹੈ ਪੌਲਸ ਜਦੋਂ ਮਸੀਹੀ ਨਹੀਂ ਬਣਿਆ ਸੀ, ਪੌਲਸ ਜਦੋਂ ਮਸੀਹ ਦਾ ਵਿਰੋਧੀ ਸੀ। ਅਤੇ ਪੌਲਸ ਕਹਿੰਦਾ ਹੈ, ਕਹਿੰਦਾ ਠੀਕ ਮੇਰੇ ਯਹੂਦੀ ਧਰਮ ਦੇ ਅਨੁਸਾਰ 8ਵੇਂ ਦਿਨ ਮੇਰੀ ਸੁਨਤ ਹੋਈ। ਕਹਿੰਦਾ ਮੈਨੂੰ ਫਰੀਸੀ ਦਲ ਦਾ ਮੈਂ ਇੱਕ ਸਰਦਾਰ, ਮੇਰਾ ਸੰਬੰਧ ਬਿਨਿਆਮੀਨ ਦੇ ਕਬੀਲੇ ਦੇ ਨਾਲ, ਮੈਂ ਇਬਰਾਨੀ ਦਾ ਪੁੱਤਰ। ਕਹਿੰਦਾ ਮੈਨੂੰ ਵਿਵਸਥਾ, ਪੁਰਾਣਾ ਨੇਮ, ਇੰਨਾ ਇੱਕ ਇੱਕ ਸ਼ਬਦ ਯਾਦ, ਕੋਈ ਮੇਰਾ ਮੁਕਾਬਲਾ ਨਹੀਂ ਕਰ ਸਕਦਾ ਸੀ, ਕੋਈ ਮੇਰੇ ਵੱਲ ਵਚਨ ਦੇ ਬਾਰੇ ਗੱਲ ਨਹੀਂ ਕਰ ਸਕਦਾ ਸੀ। ਅਤੇ ਮੇਰੇ ਕੋਲ ਹੁਕਮ ਸੀ ਕਿ ਜੋ ਜਿਉਂਦੇ ਯਿਸੂ ਦੇ ਲਹੂ ਦਾ ਪ੍ਰਚਾਰ ਕਰੇਗਾ ਉਸਨੂੰ ਖਤਮ ਕਰਨਾ। ਕਹਿੰਦਾ ਜਦੋਂ ਉਹ ਜਿਉਂਦਾ ਯਿਸੂ ਮੈਨੂੰ ਦਰਸ਼ਨ ਦਿੰਦਾ ਮੇਰਾ ਜੀਵਨ ਬਦਲ ਗਿਆ, ਮੈਂ ਸਭ ਕੁਝ ਛੱਡਿਆ ਅਤੇ ਹੁਣ ਮੈਂ ਕਹਿੰਦਾ ਹਾਂ ਮੈਂ ਨਹੀਂ ਜਿਉਂਦਾ, ਮੇਰੇ ਅੰਦਰ ਯਿਸੂ ਜਿਉਂਦਾ ਹੈ। ਜਿਉਣ ਦਾ ਮਤਲਬ ਕੀ ਹੈ? ਜਿਹੜੇ ਬੰਦੇ ਦੇ ਵਿੱਚੋਂ ਖੂਨ ਨਹੀਂ ਹੈ ਉਹ ਬੰਦਾ ਮਰ ਜਾਏਗਾ। ਜਿਉਣ ਦਾ ਮਤਲਬ ਕੀ ਹੈ? ਸਾਡੇ ਖੂਨ ਦੇ ਵਿੱਚ ਵੀ ਯਿਸੂ ਹੈ, ਯਿਸੂ ਦਾ ਪਾਕ ਲਹੂ। ਅੱਗੇ ਜੇਕਰ 7 ਆਇਤ ਵਿੱਚ ਪੜ੍ਹੀਏ ਉੱਥੇ ਲਿਖਿਆ ਹੈ ਇਹਨਾਂ ਸਭ ਲਾਭਾਂ ਨੂੰ ਮਸੀਹ ਦੇ ਮੁਕਾਬਲੇ ਵਿੱਚ ਘਾਟਾ ਸਮਝਿਆ। ਕੇਵਲ ਇੱਕ ਹੀ ਨਹੀਂ, ਮੈਂ ਇਹ ਜਾਣਦੇ ਹੋਏ ਕਿ ਮਸੀਹ ਯਿਸੂ ਸਭ ਚੀਜ਼ਾਂ ਨਾਲੋਂ ਉੱਤਮ ਹੈ, ਮੈਂ ਸਭ ਨੂੰ ਪਿੱਛੇ ਛੱਡ ਦਿੱਤਾ ਅਤੇ ਮਸੀਹ ਨੂੰ ਸਭ ਤੋਂ ਉੱਤਮ ਸਮਝਿਆ, ਉਸ ਕਾਰਨ ਸਭ ਕੁਝ ਤਿਆਗ ਦਿੱਤਾ। ਕਹਿੰਦਾ ਮੈਂ ਯਿਸੂ ਦੇ ਲਈ ਸਭ ਕੁਝ ਤਿਆਗ ਦਿੱਤਾ, ਮੈਂ ਤਾਂ ਸਭ ਨੂੰ ਨਿਕੰਮਾ ਕੂੜਾ ਸਮਝਾਂਗਾ
ਜੇਕਰ ਮੈਨੂੰ ਕੇਵਲ ਮਸੀਹ ਬਦਲੇ ਵਿੱਚ ਮਿਲ ਜਾਏ, ਸਿਰਫ ਯਿਸੂ ਮਿਲ ਜਾਏ, ਸਭ ਕੁਝ ਕੂੜਾ ਮੇਰੇ ਲਈ, ਅਤੇ ਉਸ ਦੀ ਨੇੜੇ ਦੀ ਸੰਗਤ ਮਿਲ ਜਾਏ, ਸੰਗਤ ਮਿਲ ਜਾਏ। ਕਈ ਸੰਗਤ ਤੋਂ ਭੱਜਦੇ, ਸੰਗਤ ਮਿਲੇ। ਮੈਂ ਕਿਸੇ ਵਿਵਸਥਾ ਦੁਆਰਾ ਪ੍ਰਾਪਤ ਕੀਤੀ ਆਪਣੀ ਧਾਰਮਿਕਤਾ ਦਾ ਚਾਹਵਾਨ ਨਹੀਂ ਹਾਂ, ਸਗੋਂ ਮੈਂ ਸੱਚੀ ਧਾਰਮਿਕਤਾ ਦਾ ਚਾਹਵਾਨ ਹਾਂ। ਆਹ ਨਕਲੀ ਧਾਰਮਿਕਤਾ ਨਹੀਂ ਚਾਹੀਦੀ, ਕਹਿੰਦਾ ਮੈਂ ਸੱਚੀ ਧਾਰਮਿਕਤਾ ਦਾ ਚਾਹਵਾਨ ਹਾਂ ਜੋ ਮਸੀਹ 'ਤੇ ਵਿਸ਼ਵਾਸ ਕਰਨ ਦੁਆਰਾ ਮਿਲਦੀ ਹੈ। ਇਸ ਹਿੰਦੂ ਭਰਾ ਨੂੰ ਵਿਸ਼ਵਾਸ ਦੁਆਰਾ ਉਹ ਯਿਸੂ ਦੀ ਸੱਚੀ ਧਾਰਮਿਕਤਾ ਮਿਲੀ, ਇਸੇ ਕਰਕੇ ਕਿੰਨੀ ਸ਼ਰਧਾ ਦੇ ਨਾਲ ਕਹਿੰਦਾ ਯਿਸੂ ਦਾ ਲਹੂ ਮੈਨੂੰ ਧੋਂਦਾ ਹੈ। ਹਾਂ, ਮੈਂ ਤਾਂ ਕੇਵਲ ਮਸੀਹ ਅਤੇ ਉਸਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣਨ ਦਾ ਹੀ ਚਾਹਵਾਨ ਹਾਂ, ਇਸ ਦੇ ਨਾਲ ਹੀ ਮੈਂ ਉਸਦੇ ਦੁੱਖਾਂ ਦਾ ਹਿੱਸੇਦਾਰ ਹਾਂ, ਉਸਦੀ ਮੌਤ ਦਾ ਸਾਂਝੀਦਾਰ ਹਾਂ। ਅਸੀਂ ਯਿਸੂ ਦੀ ਮੌਤ ਦੇ ਸਾਂਝੀਦਾਰ ਹਾਂ, ਕਿਉਂਕਿ ਸਾਡੇ ਪਾਪਾਂ ਦੇ ਕਾਰਨ ਉਹ ਮਰਿਆ, ਸਾਡੇ ਪਾਪਾਂ ਦੇ ਕਾਰਨ ਉਹ ਜ਼ਖਮੀ ਹੋਇਆ। ਪੌਲਸ ਕਹਿੰਦਾ ਹੈ ਮੈਂ ਉਹਦਾ ਭਾਗੀ ਹਾਂ ਮੇਰੇ ਕਾਰਨ। ਹਾਂ, ਜੇਕਰ ਮੈਂ ਦਲੇਰੀ ਨਾਲ ਕਿਸੇ ਚੀਜ਼ ਦੇ ਮਿਲਣ ਦੀ ਉਮੀਦ ਕਰਦਾ ਹਾਂ ਤਾਂ ਕੇਵਲ ਇਸ ਚੀਜ਼ ਦੀ ਕਿ ਮੈਂ ਮਰਨ ਪਿੱਛੋਂ ਫਿਰ ਜੀ ਉੱਠਾਂ, ਯਿਸੂ ਦੇ ਨਾਲ ਫਿਰ ਜੀ ਉੱਠਾਂ। ਪੌਲਸ ਜੀ ਉੱਠਿਆ ਹੈ, ਖੁਦਾ ਨੇ ਉਸਨੂੰ ਘੋੜੇ ਤੋਂ ਸੁੱਟਿਆ, ਦੁਬਾਰਾ ਉਠਾ ਦਿੱਤਾ ਮਸੀਹ ਦੇ ਵਿੱਚ ਦੁਆਰਾ। ਅਤੇ ਗਲਾਤੀਆਂ ਦੇ ਨਾਂ ਪੱਤਰ 2:20 ਆਇਤ ਵਿੱਚ ਕੀ ਕਹਿੰਦਾ, ਕਹਿੰਦਾ ਹੁਣ ਮੈਂ ਨਹੀਂ ਜਿਉਂਦਾ, ਯਿਸੂ ਜਿਉਂਦਾ। ਇਸ ਲਈ ਪਿਆਰਿਓ, ਅਸੀਂ ਯਿਸੂ ਦੇ ਲਹੂ ਦੇ ਨਾਲ ਰੰਗਣਾ ਹੈ। ਉਹ ਹਿੰਦੂ ਭਰਾ ਯਿਸੂ ਦੇ ਲਹੂ ਦੇ ਨਾਲ ਰੰਗਿਆ ਗਿਆ, ਸਾਊਲ ਯਿਸੂ ਦੇ ਲਹੂ ਨਾਲ ਰੰਗਿਆ ਗਿਆ, ਅਤੇ ਕੀ ਕਹਿੰਦਾ ਹੈ ਉਹਦਾ ਨਾਮ ਬਦਲਿਆ ਗਿਆ ਪੌਲਸ। ਕਹਿੰਦਾ ਮੇਰੇ ਲਈ ਸਭ ਕੁਝ ਕੂੜਾ, ਸਿਰਫ ਯਿਸੂ। ਅਤੇ ਰੋਮੀਆਂ ਦੇ ਨਾਮ ਪੱਤਰ 8:1 ਐਤ ਵਿੱਚ ਲਿਖਿਆ ਹੈ, ਸੋ ਜਿਹੜੇ ਲੋਕੀ ਯਿਸੂ ਮਸੀਹ ਦੀ ਸੰਗਤ ਵਿੱਚ ਰੰਗੇ ਜਾ ਚੁੱਕੇ ਹਨ, ਅਸੀਂ ਬਪਤਿਸਮਾ ਲਿਆ, ਸਾਕਰਾਮੈਂਟ ਲਏ, ਪਰ ਅਸੀਂ ਯਿਸੂ ਮਸੀਹ ਦੇ ਲਹੂ ਦੇ ਨਾਲ ਨਹੀਂ ਰੰਗੇ ਗਏ, ਰੰਗੇ ਜਾ ਚੁੱਕੇ ਨੇ, ਉਹਨਾਂ ਲਈ ਹੁਣ ਕੋਈ ਦੰਡ ਦੀ ਆਗਿਆ ਨਹੀਂ ਹੈ। ਤੁਹਾਡੇ ਉੱਤੇ ਯਿਸੂ ਦਾ ਲਹੂ ਆਉਣਾ ਹੈ, ਯਿਸੂ ਦਾ ਪਵਿੱਤਰ ਲਹੂ ਚੋਣਾ ਹੈ। ਮੈਨੂੰ ਫਿਰ ਵਾਰੀ ਵਾਰੀ ਯਾਦ ਆ ਰਿਹਾ ਉਸ ਭਰਾ ਜੋ ਹਿੰਦੂ ਹੈ, ਉਹਦੇ ਘਰ ਜਦੋਂ ਮੈਂ ਗਿਆ, ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਹੈ। ਜਦੋਂ ਮੈਂ ਦੂਜੇ ਫਾਦਰਸ ਨੂੰ, ਬ੍ਰਦਰਸ ਨੂੰ ਦੱਸਿਆ, ਉਹ ਵੀ ਉਸਨੂੰ ਮਿਲਣ ਗਏ, ਅਤੇ ਉਹਨਾਂ ਨੂੰ ਅਸੀਂ ਉੱਥੇ ਲਿਆਂਦਾ, ਉਹਨੇ ਆਪਣਾ ਐਕਸਪੀਰੀਅੰਸ ਸ਼ੁਰੂ ਕੀਤਾ, ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਰਿਹਾ ਸੀ, ਮੈਨੂੰ ਇਹ ਐਕਸਪੀਰੀਅੰਸ ਕਿਉਂ ਨਹੀਂ ਮਿਲਿਆ। ਖੁਦਾ ਦਾ ਪਿਆਰ ਸਾਰਿਆਂ ਦੇ ਲਈ ਖੁੱਲ੍ਹਾ ਹੈ, ਕਿਉਂਕਿ ਪ੍ਰਭੂ ਯਿਸੂ ਇੱਕ ਕੌਮ ਦੇ ਲਈ ਨਹੀਂ ਮਰੇ, ਉਹ ਪੂਰੀ ਦੁਨੀਆ ਦੇ ਲਈ ਨਾ ਸ਼ਹੀਦ ਹੋਏ ਨੇ, ਉਹ ਮੁਕਤੀ ਦੇਣ ਦੇ ਲਈ ਕੁਰਬਾਨ ਹੋਏ ਨੇ। ਇਸ ਕਰਕੇ ਯੋਹਨਾ ਦੀ ਅੰਜੀਲ 3:16 ਐਤ ਵਿੱਚ ਲਿਖਿਆ ਹੈ, ਖੁਦਾ ਨੇ ਸੰਸਾਰ ਦੇ ਨਾਲ, ਇੱਕ ਕੌਮ ਦੇ ਨਾਲ ਨਹੀਂ, ਇੰਨਾ ਪਿਆਰ ਕੀਤਾ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪ੍ਰਾਪਤ ਕਰੇ। ਇਹ ਹੈ ਯਿਸੂ ਦੇ ਲਹੂ ਦੀ ਤਾਕਤ, ਅਸੀਂ ਜੀਵਨ ਪ੍ਰਾਪਤ ਕਰਾਂਗੇ। ਜਿਸ ਤਰ੍ਹਾਂ ਮਤੀ ਦੀ ਅੰਜੀਲ 57:53 ਐਤ ਵਿੱਚ ਅਸੀਂ ਸੁਣਦੇ ਹਾਂ, ਜਦੋਂ ਪ੍ਰਭੂ ਯਿਸੂ ਸਲੀਬ ਦੇ ਉੱਤੇ ਮਰ ਰਹੇ ਸਨ, ਕੀ ਚਮਤਕਾਰ ਹੋਇਆ। ਉੱਥੇ ਲਿਖਿਆ ਹੈ, ਉਸ ਵੇਲੇ ਮੰਦਰ ਦਾ ਪਰਦਾ ਫਟ ਗਿਆ ਉੱਪਰ ਤੋਂ ਲੈ ਕੇ ਹੇਠਾਂ ਤੱਕ। ਜਦੋਂ ਪ੍ਰਭੂ ਯਿਸੂ ਸਲੀਬ 'ਤੇ ਸਨ, ਹੈਕਲ ਦਾ ਪਰਦਾ ਫਟ ਗਿਆ ਉੱਪਰ ਤੋਂ ਲੈ ਕੇ ਹੇਠਾਂ ਤੱਕ, ਕਿ ਯਿਸੂ ਦਾ ਲਹੂ ਪਹੁੰਚਿਆ, ਯਿਸੂ ਦੇ ਲਹੂ ਦੀ ਤਾਕਤ ਸੀ। ਧਰਤੀ ਹਿੱਲ ਗਈ, ਚਟਾਨਾਂ ਪਾਟ ਗਈਆਂ, ਕਬਰਾਂ ਖੁੱਲ੍ਹ ਗਈਆਂ, ਬਹੁਤ ਸਾਰੇ ਪਰਮੇਸ਼ਰ ਦੇ ਭਗਤ ਜ਼ਿੰਦਾ ਹੋ ਗਏ ਜੋ ਮਰ ਗਏ ਸਨ। ਯਿਸੂ ਦੇ ਜੀ ਉੱਠਣ ਪਿੱਛੋਂ ਕਬਰਾਂ ਨੂੰ ਛੱਡ ਕੇ ਪਵਿੱਤਰ ਸ਼ਹਿਰ ਵਿੱਚ ਗਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਜਦੋਂ ਯਿਸੂ ਦਾ ਲਹੂ ਡੁੱਲਿਆ, ਉਸ ਵੇਲੇ ਇਹ ਸਭ ਕੁਝ ਹੋਇਆ। ਤੁਹਾਡੇ ਉੱਤੇ ਵੀ ਯਿਸੂ ਦਾ ਲਹੂ ਡੁੱਲਣਾ ਹੈ, ਤੁਹਾਡੀਆਂ ਬਿਮਾਰੀਆਂ ਦਾ ਪਰਦਾ ਫਟਣਾ ਹੈ, ਤੁਹਾਡੇ ਬਿਮਾਰੀ ਦੀ ਕਬਰ ਜੋ ਮੰਜੇ ਉੱਤੇ ਪਏ ਹੋ ਉਹ ਖੁੱਲ੍ਹਣੀ ਹੈ, ਤੁਸੀਂ ਨਿਕਲਣਾ ਹੈ, ਬਾਹਰ ਗਵਾਹੀ ਦੇਣੀ ਹੈ। ਤਾਂ ਇਹਦੇ ਲਈ ਯਿਸੂ ਦੇ ਲਹੂ ਨੂੰ ਪੁਕਾਰੋ।
ਜਿਸ ਤਰ੍ਹਾਂ ਪ੍ਰਕਾਸ਼ ਦੀ ਪੋਥੀ 12 ਬਾਪ 11 ਐਤ ਵਿੱਚ ਲਿਖਿਆ ਹੈ, ਪ੍ਰਭੂ ਯਿਸੂ ਮਸੀਹ ਨੇ ਆਪਣੇ ਲਹੂ ਦੇ ਦੁਆਰਾ ਸ਼ੈਤਾਨ ਨੂੰ ਹਰਾਇਆ ਅਤੇ ਜਿੱਤ ਪ੍ਰਾਪਤ ਕੀਤੀ। ਇਬਰਾਨੀਆਂ 9 ਬਾਪ 22 ਐਤ ਵਿੱਚ ਲਿਖਿਆ ਹੈ, ਕਿਸੇ ਖੂਨ ਦੇ ਦੁਆਰਾ ਮੁਕਤੀ ਜਾਂ ਮਾਫੀ ਨਹੀਂ ਹੈ, ਸਿਰਫ ਯਿਸੂ ਦੇ ਲਹੂ ਦੇ ਦੁਆਰਾ ਮੁਕਤੀ ਹੈ। ਸੰਤ ਯੂਹੰਨਾ ਦਾ ਪਹਿਲਾ ਪੱਤਰ ਅਸੀਂ ਪੜਾਂਗੇ। ਸੰਤ ਯੂਹੰਨਾ ਦਾ ਪਹਿਲਾ ਪੱਤਰ 1 ਬਾਪ 7 ਆਇਤ ਵਿੱਚ ਕੀ ਲਿਖਿਆ, ਸੁਣੀਏ, ਪਰ ਜੇਕਰ ਅਸੀਂ ਚਾਨਣ ਵਿੱਚ ਚੱਲਦੇ ਹਾਂ ਜਿਸ ਤਰ੍ਹਾਂ ਉਹ ਚਾਨਣ ਵਿੱਚ ਹੈ, ਤਾਂ ਅਸੀਂ ਇੱਕ ਦੂਜੇ ਦੀ ਸੰਗਤ ਵਿੱਚ ਹਾਂ ਅਤੇ ਉਸਦੇ ਪੁੱਤਰ ਦਾ ਲਹੂ ਸਾਨੂੰ ਸਾਡੇ ਸਭ ਪਾਪਾਂ ਤੋਂ ਸ਼ੁੱਧ ਵੀ ਕਰਦਾ ਹੈ। ਮੈਨੂੰ ਯਾਦ ਹੈ ਅਜੇ ਵੀ ਇੱਕ ਦਿਨ ਜਦੋਂ ਮੈਂ ਸਤਸੰਗ ਕਰ ਰਿਹਾ ਸੀ, ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਪਾਣੀ ਦੀਆਂ ਬੋਤਲਾਂ ਲੈ ਕੇ ਆ ਰਹੇ ਨੇ ਅਤੇ ਪੂਰਾ ਅਲਤਾਰ ਦੇ ਅੱਗੇ ਪੂਰੀਆਂ ਪੌੜੀਆਂ ਪਾਣੀ ਦੇ ਨਾਲ ਭਰੀਆਂ। ਤਾਂ ਮੈਂ ਕਿਸੇ ਨੂੰ ਪੁੱਛਿਆ, ਤੁਸੀਂ ਇਹ ਸਭ ਕੁਝ ਕਿਉਂ ਕਰਦੇ? ਕਿਉਂਕਿ ਕਈ ਵਾਰੀ ਕੋਈ ਲੋਕ ਡੋਲਦੇ ਵੀ ਕਿ ਇੱਜ਼ਤ ਵੀ ਨਹੀਂ ਕਰਦੇ। ਪਰ ਇੱਕ ਭਰਾ ਕਹਿੰਦਾ, ਬ੍ਰਦਰ ਜੀ, ਜਦੋਂ ਮੈਂ ਇੱਥੇ ਪਾਣੀ ਲੈ ਕੇ ਆਉਂਦਾ ਹਾਂ ਮੈਂ ਵਾਪਸ ਪਾਣੀ ਨਹੀਂ ਲੈ ਕੇ ਜਾਂਦਾ। ਮੈਂ ਪੁੱਛਿਆ, ਕੀ ਲੈ ਕੇ ਜਾਂਦੇ? ਉਹ ਯਿਸੂ ਦਾ ਲਹੂ ਹੈ ਅਤੇ ਉਹਨੇ ਆਪਣੇ ਪਾਣੀ ਵਾਲੀ ਬੋਤਲ ਦੇ ਉੱਤੇ ਵੀ ਲਾਲ ਰੰਗ ਨਾਲ ਲਿਖਿਆ ਹੈ, ਯਿਸੂ ਦਾ ਲਹੂ। ਇੰਨਾ ਵਿਸ਼ਵਾਸ। ਕਹਿੰਦਾ, ਮੈਂ ਜਦੋਂ ਇੱਥੇ ਲਿਆਂਦਾ ਹੋਇਆ ਪਾਣੀ ਲਹੂ ਨੂੰ ਵਾਪਸ ਲੈ ਕੇ ਜਾਂਦਾ ਹਾਂ ਤਾਂ ਮੇਰੇ ਲਈ ਬਰਕਤ ਦਾ ਕਾਰਨ ਬਣਦਾ ਹੈ। ਇਸ ਲਈ ਮੈਂ ਹਰ ਵੀਰਵਾਰ ਨੂੰ ਸਤਸੰਗ ਦੇ ਵਿੱਚ ਘਰੋਂ ਪਾਣੀ ਲੈ ਕੇ ਆਉਂਦਾ ਹਾਂ। ਉਹ ਪਾਣੀ ਮੈਂ ਜਾ ਕੇ ਘਰ ਵਿੱਚ ਛਿੜਕਦਾ ਹਾਂ, ਘਰ ਦੇ ਸਾਰੇ ਜੀਆਂ ਨੂੰ ਪਿਲਾਉਂਦਾ ਹਾਂ, ਮੇਰੇ ਮਾਲ ਡੰਗਰ ਨੂੰ ਵੀ ਪਿਲਾਉਂਦਾ ਹਾਂ ਅਤੇ ਸਾਡੇ ਘਰ ਵਿੱਚ ਕੋਈ ਬਿਮਾਰੀ ਜਾਂ ਸ਼ੈਤਾਨ ਨਹੀਂ ਆ ਸਕਦਾ। ਕਿਉਂ? ਸਾਨੂੰ ਪ੍ਰਭੂ ਯਿਸੂ ਦੇ ਲਹੂ ਦੇ ਨਾਲ ਢੱਕਿਆ ਹੋਇਆ ਹੈ। ਜਿਸ ਤਰ੍ਹਾਂ ਪੁਰਾਣੇ ਨੇਮ ਦੇ ਵਿੱਚ ਲਿਖਿਆ ਹੈ, ਜਿਨ੍ਹਾਂ ਦੇ ਬੂਹੇ ਦੇ ਉੱਤੇ ਮੇਮਣੇ ਦਾ ਲਹੂ ਲਗਾਇਆ ਜਾਏਗਾ ਉਹਨਾਂ ਦੇ ਘਰ ਦੇ ਵਿੱਚ ਮੌਤ ਦਾ ਫਰਿਸ਼ਤਾ ਨਹੀਂ ਆਏਗਾ। ਕਹਿੰਦਾ, ਉਸੇ ਤਰ੍ਹਾਂ ਮੈਨੂੰ ਵਿਸ਼ਵਾਸ ਹੈ ਕਿ ਇਹ ਪਾਣੀ ਨਹੀਂ, ਇਹ ਯਿਸੂ ਦਾ ਲਹੂ ਹੈ। ਕਹਿੰਦਾ, ਮੈਂ ਵਿਸ਼ਵਾਸ ਕਰਦਾ ਹਾਂ। ਤਾਂ ਇਸੇ ਤਰ੍ਹਾਂ ਅੱਜ ਜੋ ਸੰਤ ਯੂਹੰਨਾ ਆਪਣੇ ਪਹਿਲੇ ਪੱਤਰ ਵਿੱਚ ਦੱਸਦੇ ਨੇ, ਯਿਸੂ ਦਾ ਲਹੂ ਸਾਨੂੰ ਸਾਡੇ ਸਭ ਪਾਪਾਂ ਤੋਂ ਸ਼ੁੱਧ ਵੀ ਕਰਦਾ ਹੈ, ਜਿਸ ਤਰ੍ਹਾਂ ਉਸ ਹਿੰਦੂ ਭਰਾ ਨੂੰ ਕੀਤਾ, ਪੌਲਸ ਦੇ ਜੀਵਨ ਵਿੱਚ ਕੀਤਾ। ਲੇਵੀਆਂ ਦਾ ਗ੍ਰੰਥ ਅਸੀਂ ਧਿਆਨ ਦੇ ਨਾਲ ਸੁਣਾਂਗੇ, 17 ਬਾਪ ਲਹੂ ਦੇ ਵਿੱਚ ਕੀ ਹੈ। ਪੁਰਾਣੇ ਸਮੇਂ ਦੇ ਵਿੱਚ ਬਾਈਬਲ ਦੇ ਵਿੱਚ ਦੱਸਿਆ ਗਿਆ ਹੈ, ਲੋਕ ਕਿਉਂ ਖੂਨ ਦੀਆਂ ਕੁਰਬਾਨੀਆਂ, ਜਾਨਵਰਾਂ ਦੀਆਂ ਕੁਰਬਾਨੀਆਂ ਦਿੰਦੇ ਸਨ। ਲੇਵੀਆਂ ਦਾ ਗ੍ਰੰਥ 17 ਬਾਪ 11 ਆਇਤ ਤੋਂ ਅਸੀਂ ਪੜ੍ਹਾਂਗੇ, ਹਰ ਜੀਵ ਦਾ ਜੀਵਨ ਉਸਦੇ ਲਹੂ ਅੰਦਰ ਹੈ। ਅੱਜ ਮਨੁੱਖ ਵੀ ਜਿਉਂਦਾ, ਜਾਨਵਰ ਵੀ ਜਿਉਂਦੇ, ਪੰਛੀ ਵੀ ਜਿਉਂਦੇ, ਉਹਨਾਂ ਦੇ ਵਿੱਚ ਲਹੂ ਹੈ। ਇਸੇ ਲਈ ਮੈਂ ਇਸ ਨੂੰ ਤੁਹਾਡੇ ਪਾਪਾਂ ਦੀ ਮਾਫੀ ਲਈ ਵੇਦੀ 'ਤੇ ਚੜਾਉਣ ਲਈ ਕਿਹਾ ਹੈ। ਲਹੂ ਵਿੱਚ ਜਾਨ ਹੈ। ਜੇ ਆਮ ਲਹੂ ਵਿੱਚ ਜਾਨ ਹੈ ਤਾਂ ਯਿਸੂ ਦੇ ਲਹੂ ਵਿੱਚ ਕੀ ਹੈ? ਮੌਤ ਤੋਂ ਬਾਅਦ ਦਾ ਜੀਵਨ ਹੈ। ਯਿਸੂ ਦੇ ਲਹੂ ਵਿੱਚ ਮੁਕਤੀ ਹੈ। ਇਸੇ ਲਈ ਇਸ ਦੇ ਦੁਆਰਾ ਮਾਫੀ ਪ੍ਰਾਪਤੀ ਹੁੰਦੀ ਹੈ। ਜੋਬ ਦਾ ਗ੍ਰੰਥ ਜਿਨ੍ਹਾਂ ਨੇ ਸੁਣਿਆ ਹੈ, ਜੋਬ ਕੀ ਕਰਦਾ ਸੀ? ਅਯੂਬ ਨਬੀ, ਉਹ ਆਪਣੇ ਪੁੱਤਰਾਂ ਦੇ ਲਈ, ਜੇਕਰ ਅਸੀਂ ਪੜ੍ਹੀਏ ਉੱਥੇ ਲਿਖਿਆ ਹੈ ਅਯੂਬ ਦਾ ਗ੍ਰੰਥ 1 ਬਾਪ 8 ਆਇਤ ਵਿੱਚ, ਪ੍ਰਭੂ ਨੇ ਉਸ ਤੋਂ ਪੁੱਛਿਆ, ਕੀ ਤੂੰ ਮੇਰੇ ਦਾਸ ਅਯੂਬ ਨੂੰ ਦੇਖਿਆ ਹੈ? ਉਸ ਵਰਗਾ ਧਰਤੀ ਉੱਤੇ ਦੂਜਾ ਕੋਈ ਮਨੁੱਖ ਨਹੀਂ ਹੈ। ਉਹ ਇੱਕ ਭਲਾ ਅਤੇ ਨੇਕਲੰਕ ਆਦਮੀ ਹੈ। ਉਹ ਪਰਮੇਸ਼ਵਰ ਦਾ ਡਰ ਮੰਨਦਾ ਹੈ। ਉਹ ਬੁਰਾਈ ਤੋਂ ਹਰ ਸਮੇਂ ਦੂਰ ਰਹਿੰਦਾ ਹੈ। 6 ਐਤ ਸੁਣੋ ਕੀ ਲਿਖਿਆ, ਇੱਕ ਠਹਿਰਾਏ ਹੋਏ ਦਿਨ ਜਦੋਂ ਦੇਵੀ ਪੁੱਤਰ ਪ੍ਰਭੂ ਦੇ ਸਾਹਮਣੇ ਹਾਜ਼ਰ ਹੋਏ ਤਾਂ ਉਹਨਾਂ ਦੇ ਨਾਲ ਸ਼ੈਤਾਨ ਵੀ ਆ ਗਿਆ। ਸ਼ੈਤਾਨ ਨੂੰ ਪੁੱਛਿਆ, ਤੂੰ ਇੱਥੇ ਕਿਉਂ ਆਇਆ? ਸ਼ੈਤਾਨ ਨੇ ਉਤਰਤਾ, ਮੈਂ ਧਰਤੀ ਉੱਤੇ ਇੱਧਰ ਉੱਧਰ ਘੁੰਮ ਫਿਰ ਕੇ ਆਇਆ ਹਾਂ। ਕੀ ਕਰਨ ਵਾਸਤੇ? ਸਿਰਫ ਅਯੂਬ ਦੇ ਬਾਰੇ। ਅਤੇ ਜੇਕਰ ਅਸੀਂ ਅੱਗੇ ਸੁਣੀਏ 10 ਐਤ ਵਿੱਚ, ਤੂੰ ਉਸਨੂੰ, ਉਸਦੇ ਟੱਬਰ ਨੂੰ
ਉਸ ਦੀ ਹਰ ਚੀਜ਼ ਨੂੰ ਹਰ ਪਾਸੇ ਸੁਰੱਖਿਅਤ ਰੱਖਿਆ। ਤੂੰ ਉਸਦੇ ਹੱਥਾਂ ਦੇ ਹਰ ਕੰਮ ਨੂੰ ਆਸ਼ੀਸ਼ ਦਿੱਤੀ ਅਤੇ ਉਸਦੇ ਮਾਲ ਡੰਗਰ ਦੇ ਨਾਲ ਸਾਰਾ ਦੇਸ਼ ਭਰ ਗਿਆ, ਪੂਰੇ ਦੇਸ਼ ਵਿੱਚ ਉਹਦੇ ਨਾਲ ਗਿਆ। ਕਿਉਂ ਕਿਉਂ ਪਰਮੇਸ਼ਵਰ ਅਯੂਬ ਨੂੰ ਉਹਦੇ ਪਰਿਵਾਰ ਨੂੰ ਬਚਾ ਰਿਹਾ ਸੀ, ਸ਼ੈਤਾਨ ਉਹਦੇ 'ਤੇ ਹਮਲਾ ਕਿਉਂ ਨਹੀਂ ਕਰ ਪਾ ਰਿਹਾ ਸੀ? ਇਹਦਾ ਜਵਾਬ ਸਾਨੂੰ 4 ਅਤੇ 5 ਐਤ ਵਿੱਚ ਮਿਲਦਾ ਹੈ। ਅਯੂਬ ਦੇ ਪੁੱਤਰ ਵਾਰੀ ਵਾਰੀ ਆਪਣੇ ਪ੍ਰੇਮ ਭੋਜਨ ਕਰਦੇ ਸਨ, ਜਿਸ ਵਿੱਚ 7 ਭਰਾ ਸ਼ਾਮਿਲ ਸਨ। ਉਹ ਆਪਣੀਆਂ 3 ਭੈਣਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਸਨ। ਇਸ ਤਰ੍ਹਾਂ ਉਹ ਸਭ ਹਰ ਵਾਰ ਮਿਲ ਕੇ ਬੈਠ ਕੇ ਖਾਂਦੇ ਪੀਂਦੇ ਸਨ। 5ਵੀਂ ਐਤ ਸੁਣੋ, ਪਰ ਹਰ ਦਿਨ ਸਵੇਰੇ ਸਾਰ ਅਯੂਬ ਉੱਠ ਕੇ ਆਪਣੇ ਸਭ ਪੁੱਤਰਾਂ ਦੇ ਸ਼ੁੱਧੀ ਕਰਨ ਲਈ ਵੱਖ ਵੱਖ ਬਲੀ ਚੜਾਉਂਦਾ ਸੀ। ਉਹ ਸੋਚਦਾ ਸੀ ਕਿ ਹੋ ਸਕਦਾ ਹੈ ਕਿ ਮੇਰੇ ਕਿਸੇ ਪੁੱਤਰ ਦੇ ਅਣਜਾਣੇ ਵਿੱਚ ਪਰਮੇਸ਼ਰ ਦੀ ਨਿੰਦਾ ਕੀਤੀ ਹੋਵੇ। ਜਦੋਂ ਅਸੀਂ ਨਿੰਦਾ ਕਰਦੇ, ਪਰਮੇਸ਼ਰ ਦੇ ਵਿਰੁੱਧ ਪਾਪ ਕਰਦੇ, ਤਾਂ ਅਸੀਂ ਕੁਰਬਾਨੀ ਚੜਾਉਂਦੇ ਹਾਂ। ਅਯੂਬ ਕਰਦਾ ਸੀ, ਅੱਜ ਵੀ ਸਾਡੇ ਲਈ ਪਾਕ ਮਿਸਾ ਦੀ ਕੁਰਬਾਨੀ ਹੈ। ਉਸਦੇ ਵਿੱਚ ਵੀ ਦਾਖਰਸ ਲੈ ਕੇ, ਇੱਕ ਸਧਾਰਨ ਰੋਟੀ ਲੈ ਕੇ ਫਾਦਰ ਜੀ ਚੜਾਉਂਦੇ ਨੇ। ਤੇ ਸਾਡਾ ਵਿਸ਼ਵਾਸ ਹੈ ਜੋ ਪ੍ਰਭੂ ਯਿਸੂ ਮਸੀਹ ਦੇ ਸੱਚੇ ਬਦਨ ਅਤੇ ਲਹੂ ਵਿੱਚ ਬਦਲਦੀ ਹੈ, ਜੋ ਉਸ ਨੂੰ ਖਾਂਦਾ ਪੀਂਦਾ ਹੈ। ਵਚਨ ਵਿੱਚ ਲਿਖਿਆ ਹੈ, ਉਹਦੇ ਵਿੱਚ ਮੈਂ ਹਾਂ ਅਤੇ ਉਹ ਮੇਰੇ ਵਿੱਚ ਹੈ। ਹਾਲੇਲੂਇਆ। ਜਿਸ ਤਰ੍ਹਾਂ ਅਫਸੀਆਂ ਦੇ ਨਾਂ ਪੱਤਰ ਦੇ ਵਿੱਚ ਅਸੀਂ ਇੱਕ ਵਾਰ ਸੁਣਾਂਗੇ, ਅਫਸੀਆਂ ਦੇ ਨਾਂ ਪੱਤਰ 2:13 ਵਿੱਚ ਸੁਣੀਏ ਕੀ ਲਿਖਿਆ ਹੈ। ਹੁਣ ਮਸੀਹ ਦੇ ਵਿੱਚ ਤੁਸੀਂ ਜੋ ਉਸਦੇ ਦੁਆਰਾ ਸੀ, ਮਸੀਹ ਦੇ ਖੂਨ ਦੁਆਰਾ ਲਾਗੇ ਲਿਆਂਦੇ ਗਏ ਹੋ। ਮਸੀਹ ਦੇ ਖੂਨ ਦੇ ਦੁਆਰਾ ਅਸੀਂ ਆ ਗਏ। ਜੇਕਰ ਪ੍ਰਭੂ ਯਿਸੂ ਮਸੀਹ ਸਲੀਬ 'ਤੇ ਨਾ ਮਰਦਾ ਤਾਂ ਸਾਡੇ ਲਈ ਸਵਰਗ ਬੰਦ ਰਹਿਣਾ ਸੀ। ਯਿਸੂ ਮਸੀਹ ਦੇ ਸਲੀਬ ਦੇ ਉੱਤੇ ਮਰਨ ਦੁਆਰਾ, ਉਹਦੇ ਖੂਨ ਦੀ ਬਲੀ ਦੇ ਦੁਆਰਾ ਸਾਨੂੰ ਸਵਰਗ ਮਿਲਿਆ ਹੈ। ਇਸ ਲਈ ਅਸੀਂ ਪ੍ਰਭੂ ਯਿਸੂ ਦੇ ਖੂਨ ਨੂੰ ਭੁੱਲਣਾ ਨਹੀਂ ਹੈ। ਅਤੇ ਜਿਸ ਤਰ੍ਹਾਂ ਅਸੀਂ ਯਸ਼ਾਇਆ ਨਬੀ ਦੇ ਗ੍ਰੰਥ ਵਿੱਚ ਸੁਣਿਆ ਸੀ, ਯਿਸੂ ਦੇ ਮਾਰ ਖਾਣ ਨਾਲ ਚੰਗਿਆਈ ਆਈ, ਯਿਸੂ ਦੇ ਮਾਰ ਖਾਣ ਨਾਲ ਅਸੀਂ ਚੰਗਾ ਕੀਤੇ ਗਏ। ਇਸੇ ਤਰ੍ਹਾਂ ਪਤਰਸ ਵੀ ਨਵੇਂ ਨੇਮ ਦੇ ਵਿੱਚ ਦੱਸਦੇ ਨੇ, ਜਿਨ੍ਹਾਂ ਨੇ ਪ੍ਰਭੂ ਨੂੰ ਨੇੜੇ ਤੋਂ ਦੇਖਿਆ। 1 ਪਤਰਸ 2:24 ਵਿੱਚ ਉਸਨੇ ਆਪ ਸਾਡੇ ਪਾਪਾਂ ਨੂੰ ਆਪਣੇ ਉੱਤੇ ਸਲੀਬ ਦੇ ਦੁਆਰਾ ਚੁੱਕਿਆ ਕਿ ਅਸੀਂ ਪਾਪ ਦੇ ਲਈ ਮਰ ਜਾਈਏ ਅਤੇ ਧਾਰਮਿਕਤਾ ਦੇ ਲਈ ਜੀਵੀਏ। ਉਸਦੇ ਜ਼ਖਮਾਂ ਦੇ ਰਾਹੀਂ ਤੁਸੀਂ ਨਰੋਏ ਹੋਏ ਹੋ। ਖੁਦਾਵੰਦ ਯਿਸੂ ਮਸੀਹ ਤੁਹਾਨੂੰ ਉਹ ਦੇਵੇ, ਸ਼ੁੱਧ ਕਰੇ, ਅਤੇ ਤੁਸੀਂ ਵੀ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਸ ਤਰ੍ਹਾਂ ਉਸ ਇਬਰਾਨੀ ਨੇ ਨਵਾਂ ਜੀਵਨ ਪਾਇਆ, ਸੌਲ ਤੋਂ ਪੌਲ ਬਣਿਆ, ਅਯੂਬ ਨੇ ਆਪਣੇ ਪੁੱਤਰਾਂ ਦੇ ਲਈ ਖੂਨ ਦੀ ਕੁਰਬਾਨੀ ਦਿੱਤੀ, ਲੇਵੀਆਂ ਦਾ ਗ੍ਰੰਥ ਕਹਿੰਦਾ ਹੈ ਲਹੂ ਦੇ ਵਿੱਚ ਜੀਵਨ ਹੈ, ਅਤੇ ਯਿਸੂ ਦਾ ਲਹੂ ਜਿੰਦਾ ਲਹੂ ਸਾਨੂੰ ਮੁਕਤੀ, ਬਰਕਤ ਅਤੇ ਸ਼ਾਂਤੀ ਦੇਵੇ। ਜੈ ਯਿਸੂ ਮਸੀਹ ਦੀ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੇਨ।